ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਬ੍ਰਹਮਦੀਪ ਸਿੱਧੂ ਸੁਧਾਰ ਤੋਂ ਜੀ, ਜੋ ਵੀਡ ਗਰਾਸ ਦੀ ਸੇਵਾ ਚੱਲਦੀ ਆ ਸੁਧਾਰ ਬਾਜ਼ਾਰ ਅੱਬੂਆ ਰੋਡ ਨੀਅਰ ਸਿੱਧੂ ਸੀਮਾ ਸਟੋਰ 'ਤੇ ਜੀ। ਆਹ ਦੇਖੋ ਜੀ, ਪ੍ਰੋਜੈਕਟ ਆ ਤੁਹਾਡੇ ਮੂਹਰੇ, ਜੋ ਜਿੱਦਾਂ ਤਿਆਰ ਕਰਕੇ ਜੀ 5 ਵਜੇ ਤੋਂ ਲੱਗ ਕੇ 7 ਵਜੇ ਤੱਕ ਇਹ ਪਲਾਇਆ ਜਾਂਦਾ ਜੀ। ਇਹ ਫ੍ਰੀ ਸੇਵਾ ਹੁੰਦੀ ਹੈ ਜੀ। ਇਹ ਪਹਿਲਾਂ ਇਹਨੂੰ ਕਣਕ ਨੂੰ ਭਿਉਂਦੇ ਹਾਂ ਜੀ, ਫਿਰ 50 ਘੰਟੇ ਇਹਨੂੰ ਬੰਨ ਕੇ ਰੱਖਦੇ ਹਾਂ ਜੀ, ਉਦੋਂ ਬਾਅਦ ਵਿੱਚ ਇਹਨੂੰ ਲਗਾਉਂਦੇ ਹਾਂ ਜੀ। ਦਰਸ਼ਕੋ, ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਜਦੋਂ ਕਿ ਕੈਂਸਰ ਇੱਕ ਐਸੀ ਬਿਮਾਰੀ ਜਿਹਦੇ ਕਿ ਨਾਮ ਲੈਣ ਤੋਂ ਪਹਿਲਾਂ ਅਸੀਂ ਲੋਕ ਡਰਦੇ ਹੁੰਦੇ ਸੀਗੇ, ਔਰ ਸਾਡੇ ਬਜ਼ੁਰਗ ਜਿਹੜੇ ਹੈਗੇ ਆ ਉਹ ਨਾਮ ਜਦੋਂ ਲੈਂਦੇ ਸੀ ਕੈਂਸਰ ਦਾ, ਕਹਿੰਦੇ ਨਹੀਂ ਨਹੀਂ ਇਹਦਾ ਨਾਮ ਨਹੀਂ ਲੈਣਾਗਾ, ਇਹ ਬਹੁਤ ਹੀ ਨਾਮਨਾਦ ਬਿਮਾਰੀ ਹੈ। ਔਰ ਅੱਜ ਇਹ ਬਿਮਾਰੀ ਜਿਹੜੀ ਹੈਗੀ ਆ ਲੋਕਾਂ ਦੇ ਹਰੇਕ ਤਕਰੀਬਨ ਫੈਮਲੀਆਂ ਦੇ ਵਿੱਚ ਘਰ ਕਰਨ ਵਾਲਾ ਕੰਮ ਕਰ ਚੁੱਕੀ ਹੈਗੀ ਆ, ਔਰ ਉਹਦੇ ਵਿੱਚ ਜਿਵੇਂ ਜਿਵੇਂ ਕਹਿੰਦੇ ਵੀ ਕਲਯੁੱਗ ਵੱਧਦਾ, ਉਵੇਂ ਉਵੇਂ ਪਰਮਾਤਮਾ ਜਿਹੜਾ ਨਵੀਆਂ ਨਵੀਆਂ ਜਿਹੜੀਆਂ ਹੈਗੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਮਿਲਦੀਆਂ, ਔਰ ਉਸੀ ਐਸੀ ਚੀਜ਼ ਵੀਟ ਗ੍ਰਾਸ ਦੇ ਰੂਪ ਦੇ ਵਿੱਚ ਜਿਹੜੀ ਆਈ, ਔਰ ਸਮਾਜ ਸੇਵੀ ਸੰਸਥਾਵਾਂ ਨੇ ਔਰ ਉਹ ਲੋਕ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਆਪਣੇ ਮਨ 'ਚ ਸੋਚਿਆ ਕਿ ਅਸੀਂ ਵੱਧ ਤੋਂ ਵੱਧ ਜਿਹੜੀਆਂ ਜ਼ਿੰਦਗੀਆਂ ਬਚਾਈਏ। ਉਹੀ ਉਹੋ ਜਿਹੀ ਅਸੀਂ ਵੀਰ ਜੀ ਦੇ ਨਾਲ ਹੁਣ ਅਸੀਂ ਗੱਲਬਾਤ ਕਰਨ ਜਾ ਰਹੇ ਹੈਗੇ ਹਾਂ, ਜਿਹੜੇ ਕਿ 26 ਜਨਵਰੀ ਨੂੰ ਵੀ ਇੱਕ ਬਹੁਤ ਵੱਡਾ ਜਿਹੜਾ ਹੈਗਾ ਕੈਂਪ ਲਗਾ ਰਹੇ ਨੇ। ਵੀਰ ਜੀ, ਤੁਹਾਡਾ ਸਵਾਗਤ ਹੈ। ਵੀਰ ਜੀ, ਕਿਵੇਂ ਤੁਸੀਂ ਪ੍ਰੇਰਿਤ ਹੋਏ ਵੀ ਮੈਂ ਮਤਲਬ ਇਸ ਚੀਜ਼ ਦੇ ਨਾਲ ਜੁੜਾਂ ਔਰ ਵਿਸ਼ਮਕਤ ਜਿਹੜੇ ਕੀਮਤੀ ਜਾਨਾਂ ਉਹਨਾਂ ਨੂੰ ਬਚਾਵਾਂ ਕੈਂਸਰ ਤੋਂ? ਵੀਰ ਜੀ, ਪਹਿਲਾਂ ਸਾਡੇ ਘਰ 'ਚ ਪ੍ਰੋਬਲਮ ਸੀ ਮੇਰੀ ਸਿਸਟਰ ਨੂੰ, ਅਤੇ ਅਸੀਂ ਵੀਟ ਗ੍ਰਾਸ ਦੇ ਬਾਰੇ ਸਾਰੇ ਪੰਜਾਬ 'ਚ ਪਤਾ ਕੀਤਾ ਵੀ ਵੀਟ ਗ੍ਰਾਸ ਕੀ ਚੀਜ਼ ਆ, ਅਤੇ ਇਹਦੇ ਬਾਰੇ ਕੋਸ਼ਿਸ਼ ਕੀਤੀ ਕਿਤੋਂ ਮਿਲ ਜਾਵੇ। ਸਾਨੂੰ ਕਿਤੇ ਪੰਜਾਬ ਵਿੱਚੋਂ ਵੀਟ ਗ੍ਰਾਸ ਨਹੀਂ ਮਿਲਿਆ। ਜਿਨ੍ਹਾਂ ਤੋਂ ਮਿਲਿਆ ਉਹਨਾਂ ਨੇ ਇੱਕ ਬਿਜ਼ਨਸ ਇਹਨੂੰ ਬਣਾ ਚੁੱਕੇ ਸੀਗੇ, ਅਤੇ ਬਿਜ਼ਨਸ ਬਣਾਇਆ, ਅਤੇ ਮੈਂ ਉਸ ਸੰਸਥਾ ਦਾ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਨੇ ਇਹ ਸਾਨੂੰ ਵੀਟ ਗ੍ਰਾਸ ਮੁੱਲ ਵੇਚਿਆ। ਪਰ ਸਾਡੇ ਮਨ 'ਚ ਵੀ ਜੇ ਉਹ ਵੀਟ ਗ੍ਰਾਸ ਮੁੱਲ ਵੇਚਣ ਦੇ ਨਾਲ ਵੀ ਸਾਡੀ ਭੈਣ ਨੂੰ ਫਰਕ ਪਿਆ, ਅਤੇ ਅਸੀਂ ਕਿਉਂ ਨਾ ਅਸੀਂ ਸੇਵਾ ਕਰਾਂਗੇ। ਮੇਰੇ ਨਾਲ ਮੇਰਾ ਇੰਦਰਜੀਤ ਜੀਤੂ ਮੇਰਾ ਦੋਸਤ ਆ, ਮੇਰਾ ਭਰਾ, ਉਹਨਾਂ ਨੇ ਇਹ ਗੱਲ ਕਹੀ ਵੀ ਆਪਾਂ ਇਹਨੂੰ ਸਿੱਖਣਾ, ਸਿੱਖ ਕੇ ਲੋਕਾਂ ਦੇ ਘਰ ਘਰ ਲੋਕਾਂ ਨੂੰ ਇਹ ਸੁਨੇਹਾ ਦੇਣਾ। ਵੀਰ ਜੀ, ਅਸੀਂ ਉਸ ਤੋਂ ਬਾਅਦ 10 ਬੰਦਿਆਂ ਤੋਂ ਸਟਾਰਟ ਕੀਤਾ, ਅਤੇ 2 ਜਾਣੇ ਸੀ ਮੈਂ ਅਤੇ ਮੇਰਾ ਦੋਸਤ ਸੀ ਇੰਦਰਜੀਤ ਜੀਤੂ ਅਤੇ ਰਮੇਸ਼ ਜੀ। ਉਹਨਾਂ ਨੇ ਸਵੇਰੇ ਉਪਰਾਲਾ ਕਰਨਾ, ਰੋਜ਼ ਬੀਜਣੀ ਕਣਕ, ਰੋਜ਼ ਵੱਢਣੀ, ਇੱਦਾਂ ਕਰਕੇ ਸਟਾਰਟ ਕੀਤਾ 10 ਤੋਂ। ਅੱਜ ਸਾਡੇ ਕੋਲ 250 ਪਲੱਸ 250 ਦੇ ਕਰੀਬ ਡੇਲੀ ਪੀਣ ਆਉਂਦੇ ਆ ਜੀ, 5 ਵਜੇ ਤੋਂ ਲੱਗ ਕੇ 7 ਵਜੇ ਤੱਕ ਜੀ। ਵੀਰ ਜੀ, ਕੈਂਸਰ ਤਾਂ ਆਪਾਂ ਕਹਿ ਦਿੰਦੇ ਕਿ ਕੈਂਸਰ, ਉਹਦੇ ਨਾਲ ਨਾਲ ਜਿਹੜੇ ਆਮ ਲੋਕ ਜਿਹੜੇ, ਕਿਉਂਕਿ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਕਿ ਅੰਦਰ ਇੰਨਾ ਟੋਕਸਨ ਆਪਾਂ ਖਾ ਰਹੇ ਹੈਗੇ, ਆਪਾਂ ਨੂੰ ਪਤਾ ਨਹੀਂ ਵੀ ਕਿੰਨਾ ਕੁ ਟੋਕਸਨ ਆਪਣੇ ਅੰਦਰ ਜਾ ਰਿਹਾ, ਕਿੰਨੀਆਂ ਕੀੜੇ ਮਾਰ ਦੋਈਆਂ ਜਾ ਰਹੀਆਂ। ਅਗਰ ਉਹਦੇ ਨਾਲ ਨੋਰਮਲ ਬੰਦਾ ਜਿਹੜਾ ਹੈਗਾ ਉਹ ਵੀ ਵੀਟ ਗ੍ਰਾਸ ਨੂੰ ਪੀਵੇ ਤਾਂ ਕੀ ਉਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ, ਕਿ ਉਹ ਸਹੀ ਹੋ ਜਾਂਦਾ? ਬਿਲਕੁਲ ਬਿਲਕੁਲ ਜੀ, ਤੁਸੀਂ ਇੱਕ ਦੇਖ ਲਓ ਜੀ, ਜ਼ੁਕਾਮ ਤੋਂ ਲੈ ਕੇ ਕੈਂਸਰ ਤੱਕ ਬਿਮਾਰੀ ਆ, 300 ਦੇ ਕਰੀਬ ਇਹ ਬਿਮਾਰੀਆਂ ਨੂੰ ਠੀਕ ਕਰਦਾ ਜੀ। ਤੁਸੀਂ ਇਹ ਦੇਖ ਲਓ ਜੀ, ਸਾਡੇ ਕੋਲ ਜਿਹੜੇ ਪੇਸ਼ੈਂਟ ਪੀਣ ਆਉਂਦੇ ਨੇ ਉਹ ਸਾਨੂੰ ਖੁਦ ਦੱਸਦੇ, ਸਾਡੀ ਸ਼ੂਗਰ 400 ਸੀ, 500 ਸੀ, ਅੱਜ ਅਸੀਂ ਨੋਰਮਲ ਹੋ ਗਏ 2-2 ਮਹੀਨੇ ਵਿੱਚ। ਕਿਸੇ ਨੂੰ ਗਠੀਆ ਸੀ, ਕਿਸੇ ਨੂੰ ਲੇਬਰ ਦੀ ਪ੍ਰੋਬਲਮ ਸੀ, ਲੋਕ ਹੈਰਾਨੀਜਨਕ ਰਿਜ਼ਲਟ ਆ ਰਹੇ ਨੇ ਜੇ 250-300 ਬੰਦਾ, 250-300 ਦੀ ਬਿਮਾਰੀ ਇਹ ਵੱਖੋ ਵੱਖਰੀ ਆ ਜੀ। ਕਿਸੇ ਨੂੰ ਸਕੈਨ ਦੀ ਕੈਂਸਰ ਆ, ਕਿਸੇ ਨੂੰ ਐਲਰਜੀ ਆ, ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਵੀ ਲੋਕ ਪਹਿਲਾਂ ਬਿਮਾਰੀ ਆਦੀ ਦੱਸਦੇ ਨਹੀਂ ਸੀ, 1-2 ਮਹੀਨੇ ਬਾਅਦ ਉਹ ਦੱਸਣ ਲੱਗ ਗਏ ਜੀ, ਹੁਣ ਕੈਮਰੇ ਮੂਹਰੇ ਆਉਣ ਲੱਗ ਗਏ, ਸਾਨੂੰ ਆਹ ਪ੍ਰੋਬਲਮ ਸੀ, ਅਸੀਂ ਠੀਕ ਹੋ ਗਏ। ਵੀ ਜੀ, ਅਸੀਂ ਇਹ ਕਹਿੰਦੇ ਹਾਂ ਵੀ ਸਾਡੇ ਕੋਲ 300 ਬੰਦਾ ਵਾ, 300 ਦਾ 100 ਰਹਿ ਜਾਵੇ। ਲੋਕ ਇਹ ਕਹਿੰਦੇ ਵਧੇ, ਅਸੀਂ ਵਧਾ ਕੇ ਰਾਜੀ ਨਹੀਂ ਜੀ। ਜੇ ਅਸੀਂ ਲੋਕਾਂ ਨੂੰ ਆਲਸੀ ਪਾਉਣਾ ਚਾਹੁੰਦੇ ਵੀ ਲੋਕ ਆਲਸੀ ਬਣ ਕੇ ਲੋਕ ਇੱਥੇ ਇਕੱਠ ਵਧਾਉਣ, ਇੱਥੇ ਆਸ਼ਰਮ ਬਣ, ਉਦੋਂ ਬਾਅਦ ਇਹ ਜੇ ਅਸੀਂ ਇਹ ਕੰਮ ਕਰਾਂਗੇ ਉਦੋਂ ਨਾਲ ਬਿਜ਼ਨਸਮੈਨ ਵੀ ਸ਼ੁਰੂ ਹੋਣਾ, ਫਿਰ ਵੀਟ ਗ੍ਰਾਸ ਵਿਕਣ ਲੱਗ ਜਾਣਾ। ਵੀਰ ਜੀ, ਜੇ ਵੀਟ ਗ੍ਰਾਸ ਵਿਕੂਗਾ ਤਾਂ ਇਹਦੀ ਵੈਲਿਊ ਘੱਟ ਜਾਣੀ ਆ, ਲੋਕ ਇਹਦੇ ਬਿਜ਼ਨਸ ਕਰਨਗੇ। ਹੁਣ ਕਈ ਸੰਸਥਾ ਬਿਜ਼ਨਸ ਕਰਦੀਆਂ, ਮੈਂ ਉਹ ਚਲੋ ਆਪਦਾ ਜੋ ਮਰਜ਼ੀ ਕਰਨ, ਪਰ ਇਹ ਕਹਿੰਦਾ ਵੀ ਅਸੀਂ 300 ਨੂੰ ਪਲਾਉਂਦੇ ਹਾਂ, ਜਿੱਦਣ ਅਸੀਂ 3 ਬੰਦੇ ਰਹਿ ਗਏ ਅਸੀਂ ਖੁਸ਼ੀ ਮਨਾਵਾਂਗੇ, ਕਿਉਂਕਿ ਹਰ ਬੰਦੇ ਨੂੰ ਸਿਖਾਵਾਂਗੇ, 300 ਬੰਦੇ ਨੂੰ ਉਹਦੇ ਘਰ ਅਤੇ ਉਹਦੇ ਪਰਿਵਾਰ ਨੂੰ ਪਲਾਉਣਗੇ। ਮੈਂ ਸਭ ਨੂੰ ਇਹੀ ਬੇਨਤੀ ਕਰਦਾ ਵੀ 300 ਤੋਂ 3000 ਨਾ ਕਰਿਓ, ਸਾਨੂੰ 3 ਬੰਦਿਆਂ ਤੱਕ ਰਹਿਣ ਦਿਓ, ਕਿਉਂਕਿ ਸਿੱਖੋ ਅਤੇ ਆਪ ਵੀ ਅਤੇ ਗੁਆਂਢੀਆਂ ਨੂੰ ਵੀ ਪਿਲਾਓ। ਕਿਉਂਕਿ ਵੀਰ ਜੀ, ਧਰਮਸ਼ਾਲਾ ਨਹੀਂ ਬਣਾਉਣੀ, ਆਪਾਂ ਬਿਮਾਰੀ ਖਤਮ ਕਰਨੀ ਹੈ। ਬਿਮਾਰੀ ਖਤਮ ਤਾਂ ਹੋਣੀ ਆ ਜੇ ਸਾਰੇ ਹੰਭਲਾ ਮਾਰਨਗੇ, 1 ਬੰਦੇ ਦੇ ਕਰਕੇ ਆਪਾਂ 400 ਜਾਂ 500 ਵਧਾ ਕੇ ਲੋਕ ਗੈਦਰਿੰਗ ਨਹੀਂ ਕਰਨੀ, ਹਾਂ ਜੀ ਇੰਨਾ ਬੰਦਿਆਂ ਨੂੰ ਸੇਵਾ ਕਰਨੀ ਨਹੀਂ ਜੀ। ਅਸੀਂ 3 ਬੰਦੇ ਭਰਾ ਸੀ, 3 ਜੁੜੇ ਹੋਏ ਹਾਂ ਵੀ ਜੇ 3 ਪੀਣ ਲੱਗ ਜਾਂਗੇ ਉਦੋਂ ਸਮਝ ਆਉਣਗੇ ਵੀ ਅੱਜ ਸਾਡਾ ਸਫਲ ਹੋ ਗਿਆ ਜੀ। ਕਿਉਂਕਿ ਸਾਨੂੰ ਦੇਖ ਕੇ ਰਾਜੋਆਣੇ ਪਿੰਡ ਗੁਰਦੁਆਰਾ ਸਾਹਿਬ ਦੇਖਸਰ ਸਾਹਿਬ, ਉਹਨਾਂ ਨੇ 200 ਬੰਦੇ ਨੂੰ ਡੇਲੀ ਪਲਾ ਰਹੇ ਨੇ ਜੀ। ਗੁਰਦੁਆਰਾ ਸਾਹਿਬ ਇੱਕ ਰੈਪੋਟਡ ਸੰਸਥਾ ਵਾ, ਉਹ ਸਿੱਖ ਕੇ ਗਈ, ਉਹ ਡੇਲੀ ਪਲਾ 100-150 ਬੰਦੇ ਨੂੰ ਪਲਾ ਰਹੇ ਜੀ। ਇੱਕ ਸਾਹਨੇ ਵਾਲੇ ਮੈਡਮ ਨੇ, ਸੰਦੀਪ ਕੌਰ ਸ਼ਾਇਦ ਮੈਡਮ ਦਾ ਨਾਮ ਆ, ਉਹ ਆਪ ਵੀ ਪੀ ਰਹੇ ਅਤੇ 10 ਬੰਦੇ ਨੂੰ ਪਲਾ ਰਹੇ, ਕਿਉਂ ਇਕੱਲੀ ਆ ਜੀ ਉਹ। ਉਹ ਕਹਿੰਦੀ ਮੈਂ ਆਪਦਾ ਸਿੱਖ, ਉਹਨੂੰ ਕੈਂਸਰ ਦੇ ਮਰੀਜ਼ ਸੀ, ਉਹ ਆਪ ਵੀ ਪੀਤੇ ਪੀਂਦੇ ਆ ਅਤੇ 10 ਬੰਦੇ ਨਾਲ ਹੋਰ ਪਲਾ ਰਹੇ ਜੀ ਉਹ। ਅਸੀਂ ਇਹੀ ਕਹਿੰਦਾ ਵੀ ਜਿਹੜਾ ਬੰਦਾ ਪੀ ਰਿਹਾ ਉਹ ਨਾਲੇ ਆਪ ਪੀਵੇ, ਨਾਲੇ ਹੋਰਾਂ ਨੂੰ ਪਲਾਵੇ ਜੀ।
ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਆਉਣ ਵਾਲੀ 26 ਤਰੀਕ ਨੂੰ ਸਾਰੇ ਦਰਸ਼ਕਾਂ ਨੂੰ ਇਹ ਪੁਰਜ਼ੋਰ ਬੇਨਤੀ ਹੈ ਵੀ ਜਿਹੜਾ ਵੀ ਤੁਹਾਡੇ ਆਸ ਪਾਸ ਕੈਂਸਰ ਦਾ ਮਰੀਜ਼ ਹੈ ਜਾਂ ਕਿਸੇ ਕ੍ਰੋਨਿਕ ਬਿਮਾਰੀ ਦੇ ਨਾਲ ਗ੍ਰਸਤ ਹੈਗਾ, ਉਹ ਜ਼ਰੂਰ ਮੈਡਮ ਦੇ ਨਾਲ ਆ ਕੇ ਮਿਲਣ ਔਰ ਵੀਰ ਜੀ ਹੋਰਾਂ ਦੇ ਨਾਲ ਮਿਲ ਕੇ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਜ਼ਰੂਰ ਲੈਣ। ਤੁਹਾਡਾ ਬਹੁਤ ਬਹੁਤ ਧੰਨਵਾਦ।